ਲਓ ਜੀ, ਮੈਂ ਮੇਰੇ ਵੱਡੇ ਵੀਰ ਭਾਅ ਜੀ ਪਰਮਜੀਤ ਹੰਸ ਜੀ ਉਹਨਾਂ ਕੋਲ ਟੋਰਾਂਟੋ ਆਇਆ ਹੋਇਆ ਵਾਂ। ਬੜਾ ਵਧੀਆ ਟੂਰ ਬਣਿਆ ਔਰ ਭਾਅ ਜੀ ਨਾਲ ਪਿਛਲੇ 2-4 ਦਿਨਾਂ ਤੋਂ ਗੱਲਬਾਤ ਚੱਲਦੀ ਸੀ ਔਰ ਅੱਜ ਦਰਸ਼ਨ ਦੇਣ ਆਏ, ਨਾਲੇ ਖਾਣਾ ਖਾਧਾ ਸੀ। ਕਰੋ ਗੱਲ ਜਿਹੜਾ ਭਾਅ ਜੀ ਨਾਲ। ਮੈਂ ਬਿਲਕੁਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਕਚੁਲੀ ਮੇਰੇ ਬਾਰੇ ਤਾਂ ਐਵੇਂ ਬੋਲੀ ਜਾਂਦੇ ਨੇ, ਮੈਂ ਇਹ ਬਹੁਤ ਵੱਡੇ ਲੋਕ ਨੇ, ਵਾਹਿਗੁਰੂ ਆਪਣੇ ਕੰਮ 'ਚ ਬਹੁਤ ਵੱਡੇ ਉਸਤਾਦ ਲੋਕ ਨੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਐਸਾ ਤਬਲਾ ਨਹੀਂ ਮੈਂ ਸੁਣਿਆ। ਬਹੁਤ ਘੱਟ ਲੋਕ ਐਸੇ ਐਸਾ ਕੰਮ ਕਰਦੇ ਨੇ, ਵਜਾਉਂਦੇ ਸਾਰੇ ਹੀ ਨੇ, ਪਰ ਵਜਾਉਂਦੇ ਘੱਟ ਹੀ ਨੇ ਲੋਕ। ਵਾਹਿਗੁਰੂ, ਇਹ ਬਹੁਤ ਵੱਡੇ ਲੋਕ ਨੇ ਆਪਣੇ ਕੰਮ ਦੇ ਵਿੱਚ। ਸੋ ਮੈਂ ਇਹਦੀ ਖੁਸ਼ਕਿਸਮਤੀ ਹੈ ਕਿ ਇਹਨਾਂ ਦੇ ਨਾਲ ਮੈਂ ਬੈਠਾ, ਮੇਰੇ ਧੰਨ ਭਾਗ ਨੇ। ਇਹਨਾਂ ਦਾ ਆਸ਼ੀਰਵਾਦ ਲੈਣ ਲਈ ਮੈਂ ਕਦੇ ਕਦੇ ਆ ਜਾਂਦਾ ਹੁੰਦਾ ਇਹਨਾਂ ਕੋਲ ਕਿ ਭਾਅ ਜੀ ਸਾਨੂੰ ਉਸਤਾਦ ਜੀ ਆਸ਼ੀਰਵਾਦ ਦਿਓ, ਮਾੜਾ ਮੋਟਾ ਚੰਗਾ ਸੁਣਨਾ ਆ ਜਾਵੇ ਸਾਨੂੰ। ਸੋ ਤੁਸੀਂ ਕਮਾਲ ਦਾ ਕੰਮ ਕਰ ਰਹੇ ਹੋ ਜੀ, ਦੁਆ ਕਰੋ ਇਹੋ ਜਿਹੇ। ਐਕਚੁਲੀ ਸਾਡੇ ਸੰਗੀਤਕ ਲੋਕਾਂ ਦੇ, ਸਾਡੇ ਮੁਆਸ਼ੀ ਦੇ ਇਹ ਸਰਮਾਇਆ ਨੇ। ਦੁਆ ਕਰਦੇ ਮਾਲਕ ਤੁਹਾਨੂੰ ਚੜ੍ਹਦੇ ਕਲਾਂ 'ਚ ਰੱਖੇ, ਪਰਿਵਾਰ ਦਾ ਹਮੇਸ਼ਾ ਖੁਸ਼ ਰੱਖੇ। ਥੈਂਕ ਯੂ ਭਾਅ ਜੀ, ਥੈਂਕ ਯੂ ਵੈਰੀ ਮਚ, ਥੈਂਕ ਯੂ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।